ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ نیوز ਚੈਨਲ ਦੀਆਂ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੇ ਵਿੱਚ ਦੋਸਤੋ ਗੱਲਬਾਤ ਕਰਾਂਗੇ ਭਾਰਤ ਤੇ ਪੰਜਾਬ ਸੂਬੇ ਦੀਆਂ ਵੱਡੀਆਂ ਖਬਰਾਂ ਦੀ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰ ਲੈਣੇ ਆ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਅਮਿਤ ਸ਼ਾਹ ਕੀ ਤਿੰਨ ਜਥੇਦਾਰ ਗਿਆਨੀ ਹਰਪੀਰ ਸਿੰਘ ਨਾਲ ਮੁਲਾਕਾਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਿਯੰਕਾ ਗਾਂਧੀ ਨੂੰ ਕਰਵਾਈ ਖੇਤਾਂ ਦੀ ਸੈਰ ਇੱਕ ਬੋਤਲ ਖਰੀਦੋ ਦੂਜੀ ਮੁਫਤ ਆਫਰ ਸੋਦੇ ਹੀ ਸ਼ਰਾਬੀਆ ਦੁਕਾਨਾਂ ਤੇ ਲੱਗੀ ਭੀੜ ਸਾਡੀ ਸਰਕਾਰ ਆਉਣ ਤੇ ਮਿਲੇਗੀ 3100 ਰੁਪਏ ਬੋਡਾਪਾ ਪੈਂਚੇ ਤੇ 75000 ਰੁਪਏ ਸ਼ਗਰ ਸਕੀਮ ਅਸ਼ਕੀਰ ਬਾਦਲ ਮੈਨੂੰ ਭਾਇਪਾ ਨੇ ਕਦੇ ਵੀ ਕਿਸੇ ਚੀਜ਼ ਤੋਂ ਮਨਾ ਨਹੀਂ ਕੀਤਾ ਕੈਪਟਨ ਅਮਰਿੰਦਰ ਸਿੰਘ ਸਿੱਧੂ ਦੇ ਨਰਾਜੀ ਜਗ ਜाहिर ਆ ਪ੍ਰਿਆंका ਸਾਹਮਣੇ ਸਟੇਜ ਤੇ ਬੋਲਣ ਤੋਂ ਕੀਤਾ ਇਨਕਾਰ ਦੇਖੋ ਨਿਊਜ਼ ਸੀਐਮ ਚੰਨੀ ਦਾ ਐਲਾਨ ਕਾਂਗਰਸ ਦੀ ਸਰਕਾਰ ਬਣੀ ਤਾਂ ਹਰ ਸਾਲ ਦੇਵਾਂਗੇ 8 ਮੁਫਤ ਗੈਸ ਸਿਲੰਡਰ ਔਰਤ ਨੂੰ ਹਰ ਮਹੀਨੇ 1100 ਰੁਪਏ ਕਿਸਾਨਾਂ ਦੇ ਵਿਰੋਧ ਕਰਨ ਭਾਜਪਾ ਨੇ ਕੀਤੀ ਖੱਟਰ ਦੀ ਰੈਲੀ ਰਾਤਾ WHO ਦੀ ਵੱਡੀ ਚੇਤਾਵਨੀ ਫਿਰ ਆ ਸਕਦਾ ਹੈ ਕਰੋਨਾ ਦਾ ਕਹਿਰ ਹੋ ਸਕਦੀ ਹੈ ਨਵੇਂ ਵੈਰੀਐਂਟ ਦੀ ਐਂਟਰੀ ਜਾਵਤਿ ਕਰੋਨਾ ਨਾਲ ਇੱਕ ਦਿਨ ਵਿੱਚ ਹੋਈਆਂ 6 ਮੌਤਾਂ ਤੇ 340 ਮਾਮਲੇ ਆਏ ਸਾਹਮਣੇ ਮਈ ਵਿੱਚ ਹੋਵੇਗੀ 5G ਸਪੈਕਟ੍ਰਮ ਨਿਲਾਮੀ ਮਿਲੇਗੀ 10 ਗੁਣਾ ਫਾਸਟ ਸਪੀਡ ਜਾਣੋ ਪੂਰੀ ਡਿਟੇਲ ਕਿਸਾਨਾਂ ਦੇ ਆਰਮਾਨਾਂ ਤੇ ਮੌਸਮ ਦੀ ਮਾਰ ਫਸਲਾਂ ਬਰਬਾਦ ਸਿੱਧੂ ਮੂਸੇਵਾਲਾ ਮੋਰਚਾ ਵਾਦਾ ਵਿੱਚ ਚੋਣਾਂ ਤੋਂ ਪਹਿਲਾਂ ਚੜ੍ਹੇਗੜ ਜਿਹੜਾ ਅਦਾਲਤ ਵਿੱਚ ਕੇਸ ਦਰਜ ਤਾਂ ਦੋਸਤੋ ਇਹ ਸੀਗੀਆਂ ਆਪਕੀ ਸਭੜੀਆਂ ਦੀਆਂ ਚੋਣਵੀਆਂ ਖਬਰਾਂ ਹੁਣ ਗੱਲਬਾਤ ਕਰਾਂਗੇ ਜੇ ਇਹਨਾਂ ਖਬਰਾਂ ਦੀ ਵਿਸਥਾਰ ਨਾਲ ਕਿਰਪਾ ਕਰਕੇ ਸਾਡੇ ਦੁਆਰੇ ਦਿੱਤੀ ਗਈ ਜਾਣਕਾਰੀ ਨੂੰ ਸ਼ੁਰੂ ਤੋਂ ਲੈ ਕੇ ਤੱਕ ਜਰੂਰ ਦੇਖਣਾ ਦੋਸਤੋ ਫੇਰੀ ਤੁਹਾਨੂੰ ਜਿਹੜੀ ਸਾਰੀ ਜਾਣਕਾਰੀ ਸਮਝਾਵੇਗੀ ਤੇ ਦੋਸਤੋ ਜੇ ਸਾਡੇ ਦੁਆਰੇ ਦਿੱਤੀ ਜਾਣ ਕਰਕੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦੇਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਗੱਲ ਕਰਦੇ ਹਾਂ ਜੀ ਪਹਿਲੀ ਖਬਰ ਦੀ ਕਿ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਅਮੀਰਦ샤 ਕੀ ਤੀ ਜਥੇਦਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਦੋਸਤੋ ਵਿਧਾਨ ਸਭਾ ਚੋਣਾਂ ਦੇ ਚੱਲਦੇ ਪੰਜਾਬ ਦੌਰੇ ਤੇ ਆਏ ਅਤੀ ਗ੍ਰਹਿ ਮੰਤਰੀ ਅਮਰਿਤ ਸ਼ਾਹ ਦੇ ਕਾਂਗਰਸ ਸਮੇਤ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚਨੀਤੇ ਵੱਡੇ ਹਮਲੇ ਬੋਦਨੇ ਜੀ ਚੋਣ ਪ੍ਰਚਾਰ ਦੌਰਾਨ ਹੁਣ ਰਣਜੀਤ ਐਵੇਨਿਊ ਰੈਲੀ ਤੇ ਪਹੁੰਚੇ ਗ੍ਰਹਿ ਮੰਤਰੀ ਅਮਰਿਤ ਸ਼ਾਹ ਦੇ ਨਾਲ ਹਰਦੀਪ ਸਿੰਘ ਪੁਰੀ ਕੇਂਦਰੀ ਮੰਤਰੀ ਤਰਨੁਜｮਗਾ ਸਵੇਤ ਮਾਲੀ ਕਮਲਿੰਦਰ ਸਿੰਘ ਸਿਰਸਾ ਅਵਿਨਾਸ਼ ਰਾਏ ਖੰਨਾ ਅੰਮ੍ਰਿਤਸਰ ਦੇ ਸਾਰੇ ਭਾਈਪਾ ਉਮੀਦਵਾਰਾਂ ਸਮੇਤ ਸਿਰੀ ਭਾਈਪਾ ਆਗੂ ਤੇ ਵੱਡੀ ਗਿਣਤੀ ਤੇ ਵਰਕਰ ਮੌਜੂਦ ਸਨ ਇਸ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜੂਨ 1984 ਚ ਸਿਰੀ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਸੀ ਤੇ ਇੱਕ ਤੋਂ 3 ਨਵੰਬਰ ਤੱਕ ਦਿੱਲੀ ਕਤਲੇਆਮ ਹੋਇਆ ਸੀ ਤੇ ਇਸ ਦੇ ਲਈ ਇਨਸਾਫ ਮੋਦੀ ਨੇ ਦਵਾਇਆ ਸੀ ਉਹਨਾਂ ਨੇ ਕਿਹਾ ਕਿ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਵਾਇਆ ਸੀ ਇਸ ਦੌਰਾਨ ਹਰਦੀਪ ਪੁਰੀ ਨੇ ਮੋਦੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਮੋਦੀ ਨੇ ਖੋਲਿਆ ਸੀ ਅਤੇ 1984 ਤੋਂ ਬਾਅਦ ਪੰਜਾਬ ਵਿੱਚ ਬਦਲਾ ਆਇਆ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਪ੍ਰਿਆੰਕਾ ਗਾਂਧੀ ਨੂੰ ਕਰਵਾਈ ਖੇਤਾ ਦੀ ਸਹਿਰ ਦੋਸਤੋ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਪ੍ਰਿਆੰਕਾ ਗਾਂਧੀ ਨੂੰ ਕੱਲ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਖੇਤਾਂ ਦੀ ਵੀ ਸੈਰ ਕਰਵਾਈ ਗਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜਾ ਪ੍ਰਿਆੰਕਾ ਗਾਂਧੀ ਨੂੰ ਨਾਲ ਲੈ ਕੇ ਇੱਕ ਕਿਸਾਨ ਦੀ ਮੋਟਰ ਤੇ ਪਹੁੰਚੇ ਤੇ ਉਹ ਕਣਕ ਦੇ ਖੇਤਾਂ ਵਿੱਚ ਵਟਾਂ ਤੇ ਤੁਰਦੇ ਨਜ਼ਰ ਆਏ ਇੱਕ ਬੋਤਲ ਖਰੀਦੋ ਦੂਜੀ ਮੁਫਤ ਪਾਓ ਆਫਰ ਸੁਣਦੇ ਹੀ ਸ਼ਰਾਬ ਦੀਆਂ ਦੁਕਾਨਾਂ ਤੇ ਲੱਗੀ ਭੀੜ ਰਾਜਧਾਨੀ ਦਿੱਲੀ ਚ ਸ਼ਨੀਵਾਰ ਨੂੰ ਸ਼ਰਾਬ ਦੀਆਂ ਦੁਕਾਨਾਂ ਦੇ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਐ ਸ਼ਨੀਵਾਰ ਨੂੰ ਦਿੱਲੀ ਦੀਆਂ ਕੁਝ ਸ਼ਰਾਬ ਦੀਆਂ ਦੁਕਾਨਾਂ ਤੇ ਵੱਖ-ਵੱਖ ਬ੍ਰਾਂਡ ਦੀ ਸ਼ਰਾਬ ਤੇ ਛੂਰ ਦੇਣ ਦਾ ਐਲਾਨ ਕੀਤਾ ਸੀ ਸ਼ਰਾਬ ਦੀ ਕੀਮਤਾਂ 'ਚ ਛੂਟ ਮਿਲਣ ਦੀ ਖ਼ਬਰ ਮਿਲਦੇ ਹੀ ਲੋਕਾਂ ਦੀ ਭੀੜ ਦੁਕਾਨਾਂ ਤੇ ਦੇਖਣ ਨੂੰ ਮਿਲੀ ਦਿੱਲੀ ਦੇ ਜਹਾਂਗੀਰਪੁਰੇ ਚ ਸ਼ਹਾਦਰਾ ਮਾਯੂਰ ਵਿਵਹਾਰ ਵਿਹਾਰ ਅਸ਼ੋਕਨਗਰ ਅਤੇ ਕਈ ਹੋਰ ਇਲਾਕਿਆਂ ਚ ਸ਼ਰਾਬ ਦੀਆਂ ਦੁਕਾਨਾਂ ਦੇ ਕੁਝ ਖਾਸ ਬ੍ਰਾਂਡਸ ਤੇ ਪੀਟੀਵੀ ਦੀ ਤਾਕਰੀ ਸ਼ੂਟ ਦੇੰ ਦਾ ਐਲਾਨ ਕੀਤਾ ਗਿਆ ਰਿਪੋਰਟ ਮੁਤਾਬਕਾ ਸ਼ਰਾਬ ਦੀ ਦੁਕਾਨਾਂ ਤੇ ਇਕੱਠੀ ਹੋਈ ਭੀੜ ਤੇ ਪੂਰਬੀ ਦਿੱਲੀ ਚ ਸ਼ਰਾਬ ਦੀ ਦੁਕਾਨ ਦੇ ਇੱਕ ਕਰਮਚਾਰੀ ਨੇ ਕਿਹਾ ਕਿ ਸ਼ਰਾਬ ਦੀਆਂ ਦੁਕਾਨਾਂ ਨੂੰ ਮਾਰਚ ਦੇ ਅੰਤ ਤੱਕ ਆਪਣਾ ਸਟਾਕ ਖਤਮ ਕਰਨਾ ਹੋਵੇਗਾ ਕਿਉਂਕਿ ਨਵੇਂ ਵਿੱਤੀ ਸਾਲ ਚ ਲਾਇਸੈਂਸ ਦਾ ਅਪਗ੍ਰੇਡ ਕੀਤਾ ਜਾਂਦਾ ਹੈ ਸਾਡੀ ਸਰਕਾਰੋਂ ਤੇ ਮਿਲੇਗੀ 3100 ਰੁਪਏ ਬੁਢਾਪਾ ਪੈਨਸ਼ਨ ਤੇ 75000 ਰੁਪਏ ਸ਼ਗਨ ਸਕੀਮ ਸੁਖਬੀਰ ਬਾਦਲਾ ਅਕਾਲੀ ਦਲ ਸ਼੍ਰੋਮਣੀ ਅਕਾਦਮੇ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੱਲ ਐਲਾਨ ਕੀਤਾ ਕਿ ਅਗਲੇ ਅਕਾਲੀ ਦਲ ਅਤੇ ਬਸਪਾ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੇ ਵਿਰਸੇ ਨੂੰ ਅੱਗੇ ਤੋਰਦੇ ਕਮਜ਼ੋਰ ਵਰਗ ਦਾ ਜੀਵਨ ਮਿਆਰ ਉੱਚਾ ਚੁੱਕਣ ਤੇ ਜੋੜ ਦੇਵੇਗੀ ਅਤੇ ਬੁਢਾਪਾ ਪੈਨਸ਼ਨ ਵਧਾ ਕੇ 31000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਅਤੇ ਸ਼ਗਨ ਸਕੀਮ ਦੀ ਰਾਸ਼ੀ ਸਾਰੇ ਲਾਭਪਾਤਰੀਆਂ ਲਈ 75000 ਰੁਪਏ ਕੀਤੀ ਜਾਵੇਗੀ ਅਕਾਲੀ ਦਲ ਦੇ ਪ੍ਰਧਾਨ ਮਾਨਸਾ ਵਿੱਚ ਪਾਰਟੀ ਦੇ ਉਮੀਦਵਾਰ ਪ੍ਰੇਮ ਅਰੋੜਾ ਤੇ ਡਾਕਟਰ ਨਿਸ਼ਾਨ ਸਿੰਘ ਦੇ ਹੱਕ ਵਿੱਚ ਭੀਖੀ ਤੇ ਬੁੱਢਲਾਡਾ ਵਿੱਚ ਜਨਤਕ ਇਕੱਠਾਂ ਨੂੰ ਸੰਬੋਧਨ ਕਰ ਰਹੇ ਸਨ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰਾਂ ਨੇ ਅਨਸੂਚਿਤ ਜਾਤੀਆਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਸਭ ਤੋਂ ਵੱਧ ਕੰਮ ਕੀਤੇ ਉਹਨਾਂ ਨੇ ਕਿਹਾ ਕਿ ਅਸੀਂ ਹੀ ਸੂਬੇ ਵਿੱਚ ਵਿਲੱਖਣ ਸਮਾਜ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਭਾਵੇਂ ਉਹ ਬੁਢਾਪਾ ਪੈਨਸ਼ਨ ਹੈ ਆਟਾ ਦਾਲ ਸਕੀਮ ਜਾਂ ਫਿਰ ਸਗਣ ਸ਼ਕੀਮ ਨੂੰ ਨਾ ਕਿ ਹੱਕ ਅਸੀਂ ਹਮੇਸ਼ਾ ਆਪਣੇ ਵਾਦੇ ਨਿਭਾਏ ਹਨ ਤੇ ਕਦੇ ਵੀ ਵਾਦਿਆਂ ਤੋਂ ਨਹੀਂ ਭੱਜੇ ਮੈਨੂੰ ਪਾਪਾ ਨੇ ਕਦੇ ਵੀ ਕਿਸੇ ਚੀਜ਼ ਤੋਂ ਮਨਾ ਨਹੀਂ ਕੀਤਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ ਪਟਿਆਲਾ ਪਹੁੰਚੇ ਉੱਥੇ ਉਹਨਾਂ ਨੇ ਭਾਜਪਾ ਦੇ ਉਮੀਦਵਾਰਾਂ ਲਈ ਪ੍ਰਚਾਰ ਕੀਤਾ ਇਸ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ ਨੇ ਉਹਨਾਂ ਦਾ ਸਵਾਗਤ ਕੀਤਾ ਕੈਪਟਨ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਨੌਜਵਾਨਾਂ ਦੀ ਲੋੜ ਹੈ ਜਿਨ੍ਹਾਂ ਨਾਲ ਨਵਾਂ ਪੰਜਾਬ ਬਣਾਇਆ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੇ ਹੀ ਪੰਜਾਬ ਨੂੰ ਸੰਭਾਲਣਾ ਨਾ ਨਾ ਕਿਹਾ ਕਿ ਪੰਜਾਬ ਦੀ ਰਾਖੀ ਕਰਨਾ ਹਰ ਸੂਬਾ ਵਾਸੀ ਦਾ ਫਰਜ਼ ਹੈ ਕੈਪਟਨ ਨੇ ਕਿਹਾ ਕਿ ਪੰਜਾਬ ਸਰ ਕਰੋੜਾਂ ਦਾ ਕਾਰਜ ਹੈ ਤੇ ਸੂਬੇ ਨੂੰ ਕੇਂਦਰ ਨਾਲ ਮਿਲ ਕੇ ਹੀ ਚੱਲਣਾ ਪਵੇਗਾ ਕੈਪਟਨ ਨੇ ਕਿਹਾ ਕਿ ਜੇਕਰ ਕਿਸੇ ਸੂਬੇ ਨੇ ਅੱਗੇ ਵਧਣਾ ਹੈ ਤਾਂ ਕੇਂਦਰ ਤੇ ਸੂਬੇ ਨੂੰ ਇਕੱਠੇ ਹੋਣਾ ਪਵੇਗਾ ਸਾਡੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੀ ਲੋੜ ਹੈ ਤੇ ਨੌਕਰੀਆਂ ਲਈ ਵੱਡੀਆਂ ਇੰਡਸਟਰੀਆਂ ਦੀ ਲੋੜ ਹੈ ਤੇ ਇਹ ਇੰਡਸਟਰੀਆਂ ਸਾਡੀ ਕੇਂਦਰ ਦੀ ਸਰਕਾਰ ਹੀ ਦੇ ਸਕਦੀ ਹੈ ਇਸ ਲਈ ਸੂਬਿਆਂ ਤੇ ਕੇਂਦਰ ਦਾ ਰਿਸ਼ਤਾ ਗੂੜਾ ਹੋਣਾ ਚਾਹੀਦਾ ਹੈ ਸਿੱਧੂ ਦੀ ਨਾਰਾਜ਼ਗੀ ਜਗਜाहिर ਪ੍ਰਿਯੰਕਾ ਸਾਹਮਣੇ ਸਟੇਜ ਤੇ ਬੋਲਣ ਤੋਂ ਕੀਤਾ ਇਨਕਾਰ ਦੇਖੋ ਨਿਊਜ਼ ਕਾਂਗਰਸ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਹਾਈ ਕਮਾਂਡ ਨੂੰ ਲੈ ਕੇ ਨਾਰਾਜ਼ਗੀ ਜਗਜाहिर ਹੋ ਗਈ ਚਰਜੀਤ ਜੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸਿੱਧੂ ਦੀ ਨਾਰਾਜ਼ਗੀ ਕੱਲ ਪ੍ਰਿਯੰਕਾ ਗਾਂਧੀ ਦੀ ਧੂਰੀ ਰੈਲੀ 'ਚ ਸਾਹਮਣੇ ਆਈ ਸੇਧੂ ਦਿਨ ਇਹ ਨਾਰਾਜ਼ਗੀ ਕੱਲ ਉਸ ਵੇਲੇ ਖੁੱਲ ਕੇ ਸਾਹਮਣੇ ਆਈ ਜਦੋਂ ਉਹਨਾਂ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਸਾਹਮਣੇ ਹੀ ਸਟੇਜ ਤੇ ਭਾਸ਼ਣ ਦੇਣ ਤੋਂ ਇਨਕਾਰ ਕਰ ਦਿੱਤਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਿਯੰਕਾ ਗਾਂਧੀ ਵੱਲੋਂ ਹਲਕਾ ਧੂਰੀ ਧੂਰੀ ਵਿੱਚ ਰੈਲੀ ਕੀਤੀ ਜਾ ਰਹੀ ਸੀ ਇਸ ਦੌਰਾਨ ਪ੍ਰਿਯੰਕਾ ਗਾਂਧੀ ਚਰਦੇ ਚੰਨੀ ਨੌਜੋਸੇ ਦੇ ਸਮੇਤ ਕਾਂਗਰਸ ਦੀ ਲੀਡਰਸ਼ਿਪ ਸਟੇਜ ਤੇ ਮੌਜੂਦ ਸੀ ਸਤੇਸ ਕਤਰਵਲ ਜਦੋਂ ਉਹ ਜੋ ਸਿੱਧੂ ਦਾ ਨਾਂ ਲੈ ਕੇ ਉਹਨਾਂ ਨੂੰ ਮੰਚ ਤੇ ਬੋਲਣ ਲਈ ਸੱਦਾ ਗਿਆ ਤਾਂ ਸਿੱਧੂ ਨੇ ਮੰਚ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਅੱਦੇ ਮੁੱਖ ਮੰਤਰੀ ਚੇਲੇਂਜ ਸਿੰਘ ਚੰਨੀਵਾਨ ਇਸ਼ਾਰਾ ਕਰਦੇ ਆਖ ਕੇ ਕਿ ਤੁਸੀਂ ਇਹਨਾਂ ਨੂੰ ਬੁਲਾ ਲਵੋ ਸੀਐਮ ਚੰਨੀ ਦਾ ਐਲਾਨ ਕਾਂਗਰਸ ਦੀ ਸਰਕਾਰ ਬਣੀ ਤਾਂ ਹਰ ਸਾਲ ਦੇਵਾਂਗੇ 8 ਮੁਫਤ ਗੈਸ ਸਿਲੰਡਰ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਦੋਸਤੋ ਪੰਜਾਬ ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਜੋਰਾ ਸ਼ੋਰ ਨਾਲ ਚੱਲ ਰਿਹਾ ਹੈ ਜੀ ਸਤਤਾਰੀ ਕਾਂਗਸ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਲੋਕਾਂ ਨੂੰ ਲਭਾਉ ਵਾਅਦੇ ਕਰਨ ਵਿੱਚ ਰੁੱਝੀਆਂ ਹੋਈਆਂ ਨੇ ਚੋਣ ਪ੍ਰਚਾਰਨ ਵਰਤਨ ਲਭਾਉਣ ਲਈ ਕਈ ਤਰ੍ਹਾਂ ਦੇ ਵਾਅਦੇ ਅਤੇ ਜਵਾਬੀ ਦੋਸ਼ ਲਾਏ ਜਾ ਰਹੇ ਹਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਸ ਸਰਕਾਰ ਆਉਣ ਤੇ ਲੋਕਾਂ ਨੂੰ ਮੁਫਤ ਗੈਸ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਗਰੀਬ ਅਤੇ ਲੋੜਵੰਦ ਔਰਤਾਂ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਆਰਥਿਕ ਮਦਦ ਵੀ ਦਿੱਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜੇਕਰ ਸੂਬੇ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਸਰਕਾਰ ਹਰ ਸਾਲ ਲੋਕਾਂ ਨੂੰ 8 ਗੈਸ ਸਿਲੰਡਰ ਮੁਫਤ ਦੇਵੇਗੀ ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਨੇ ਗਰੀਬ ਤੇ ਲੋੜਵੰਦ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਦੇਣ ਦਾ ਵਾਅਦਾ ਕੀਤਾ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨ ਸਿੰਘ ਚੰਨੀ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਬਰਨਾਲਾ ਪਹੁੰਚੇ ਸਨ ਇਸ ਦੌਰਾਨ ਉਹਨਾਂ ਕਿਹਾ ਕਿ ਅਸੀਂ ਉਹਕੇ ਬਰਨਾਲਾ ਦੇ ਲੋਕ ਇੱਕ ਪਾਸੇ ਹੋ ਗਏ ਨੇ ਅਤੇ ਅਤੇ ਕਾਂਗਸ ਪਾਰਟੀ ਦੀ ਜਿੱਤ ਚਾਹੁੰਦੇ ਨੇ ਉਹਨਾਂ ਦਾਅਵਾ ਕੀਤਾ ਸੀ ਕਿ ਇਸ ਵਾਰ ਸੂਬੇ ਵਿੱਚ ਕਾਂਗਸ ਦੀ ਸਰਕਾਰ ਹੀ ਬਣਨ ਜਾ ਰਹੀ ਹੈ ਕਿਸਾਨਾਂ ਦੇ ਵਿਰੋਧ ਕਰਨ ਭਾਜਪਾ ਨੇ ਕੀਤੀ ਖੱਟਰ ਦੀ ਰੈਲੀ ਰੱਦ ਦੋਸਤ ਸੰਜੁਕਤ ਕਿਸਾਨ ਮੋਰਚੇ ਦੇ ਭਾਜਪਾ ਆਗੂ ਨੇ ਪਿੰਡਾਂ 'ਚ ਨਾ ਵੜਨ ਦੇ ਫੈਸਲੇ ਨੂੰ ਲਾਗੂ ਕਰਦਿਆਂ ਕੱਲ੍ਹ ਭਾਰਤੀ ਕਿਸਾਨੀ ਨੂੰ ਏਕਤਾ ਡਕਾਉਂਦਾ ਦੇ ਸੈਂਕੜੇ ਵਰਕਰਾਂ ਨੇ ਮੁੱਖ ਮੰਤਰੀ ਖੱਟਰ ਨੂੰ ਆਪਣੀ ਫੇਰੀ ਰੱਦ ਕਰਨ ਲਈ ਮਜਬੂਰ ਕਰ ਦਿੱਤਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਵਿਧਾਨ ਸਭਾ ਚੋਣਾਂ 'ਚ ਜਗਰਾਉ ਹਲਕੇ 'ਚ ਖੜੇ ਉਮੀਦਵਾਰ ਦੇ ਹੱਕ 'ਚ ਪਿੰਡ ਹਟੂਰ 'ਚ ਪਹੁੰਚੰਦੀ ਕਨਸੋ ਮਿਲਦਿਆ ਇਹ ਜਗਰਾਉ ਰਾਜਕੋਟ ਬਲਾਕਾਂ ਦੇ ਸਾਰੇ ਪਿੰਡਾਂ ਦੇ ਲੋਕ ਪੱਬਾ ਪਾਰ ਹੋ ਗਏ ਪਿੰਡਾਂ ਦੇ ਗੁਰਦੁਆਰਿਆਂ 'ਚ ਮਨਾਦੀ ਤੇ ਸੋਸ਼ਲ ਮੀਡੀਆ ਤੇ ਲੱਗੇ ਸੁਨੇਹਿਆਂ ਨੇ ਕੱਲ੍ਹ ਹਟੂਰ ਦੀ ਦਾਣਾ ਮੰਡੀ 'ਚ ਲੋਕਾਂ ਦਾ ਹਰਲਾਯਾ ਦੇ ਛੱਟੇ ਵਜੋਂ ਕਿਸਾਨਾਂ ਦੇ ਭਾਰੀ ਵਿਰੋਧ ਨੂੰ ਦੇਖਦੇ ਭਾਇਫਾ ਆਗੂਆਂ ਨੂੰ ਇਹ ਚੋਣ ਫੇਰੀ ਰੱਦ ਕਰ ਲਈ ਮਜਬੂਰ ਹੋਣਾ ਪਿਆ ਜਨਤਕ ਦਬਾਅ ਦੇ ਚੱਲਦੇ ਮੁੱਖ ਮੰਤਰੀ ਖੱਟਰ ਦੀ ਫੇਰੀ ਰੱਦ ਹੋਣ ਤੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ ਵਿਸ਼ਾਲ ਜੇਤੂ ਰੈਲੀ ਕੀਤੀ ਗਈ WHO ਦੀ ਵੱਡੀ ਚੇਤਾਵਨੀ ਫਿਰ ਆ ਸਕਦਾ ਹੈ ਕਰੋਨਾ ਦਾ ਕਹਿਰ ਹੋ ਸਕਦੀ ਹੈ ਨਵੇਂ ਵੈਰੀਐਂਟ ਦੀ ਐਂਟਰੀ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਜਿੱਥੇ ਕਰੋਨਾ ਵਾਇਰਸ ਦਾ ਪ੍ਰਕੋਪ ਘਟ ਰਿਹਾ ਹੈ ਉੱਥੇ ਹੀ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਇਸ ਤਰ੍ਹਾਂ ਇਸ ਦਾ ਪੂਰੀ ਤਰ੍ਹਾਂ ਖਾਤਮਾ ਹੋ ਜਾਵੇਗਾ ਵਿਸ਼ਵ ਸਿਹਤ ਸੰਗਠਨ WHO ਨੇ ਕਰੋਨਾ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਮੁਤਾਬਕ ਕਰੋਨਾ ਦਾ ਖਤਰਾ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ WHO ਨੇ ਚੇਤਾਵਨੀ ਦਿੱਤੀ ਹੈ ਕਿ ਸਾਨੂੰ ਅਜੇ ਵੀ ਇਸ ਤੋਂ ਬਚਣ ਦੀ ਲੋੜ ਹੈ ਇਸ ਦੀ ਸੁਰੱਖਿਆ ਲਈ ਹੁਣ ਤੱਕ ਚੁੱਕੇ ਜਾ ਰਹੇ ਸਾਰੇ ਕਦਮਾਂ ਨੂੰ ਜਾਰੀ ਰੱਖਣਾ ਹੋਵੇਗਾ WHO ਦੇ ਵਿਆਇਰਸ ਦੇ 90 ਰੂਪਾਂ ਦੇ ਮੁਰ ਆਉਣ ਦੇ ਸੰਭਾਵਨਾदाई ਕਿਉਂਕਿ ਕਰੋਨਾ ਦਾ ਪਰਵਾਤਨ ਅਜੇ ਵੀ ਜਾਰੀ ਹੈ ਪੰਜਾਬ ਵਿੱਚ ਕਰੋਨਾ ਨਾਲ ਇੱਕ ਦਿਨ ਵਿੱਚ ਹੋਈਆਂ 6 ਮੌਤਾਂ ਤੇ 340 ਮਾਮਲੇ ਆਏ ਸਾਹਮਣੇ ਦੋਸਤੋ ਗੱਲ ਕਰੀਏ ਪੰਜਾਬ ਵਿੱਚ ਕਰੋਨਾ ਨਹੀਂ ਤਾਂ ਪੰਜਾਬ ਵਿੱਚ ਕਰੋਨਾ ਵਾਇਰਸ ਦਾ ਕਹਿਰ ਘਾਟ ਰਿਹਾ ਹੈ ਇਸ ਦੌਰਾਨ ਪਿਛਲੇ 24 ਘੰਟਿਆਂ ਦਰ 340 ਲੋਕਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਜਦਕਿ 6 ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਗਈ ਹੈ ਮਈ ਵਿੱਚ ਹੋਵੇਗੀ 5G ਸਪੈਕਟ੍ਰਮ ਨਿਲਾਮੀ ملےਗੀ 10 ਗੁਣਾ ਫਾਸਟ ਸਪੀਡ ਜਾਣੋ ਪੂਰੀ ਡਿਟੇਲ ਦੋਸਤੋ ਭਾਰਤ ਵਿੱਚ 5G ਸਪੈਕਟ੍ਰਮ ਨਿਲਾਮੀ ਦੀ ਲੰਬੇ ਸਮੇਂ ਤੋਂ ਅਡੀਕ ਕੀਤੀ ਜਾ ਰਹੀ ਹੈ ਹਾਲਾਂਕਿ ਨਵੀਂ ਰਿਪੋਰਟ ਮੁਤਾਬਕ 5G ਸਪੈਕਟ੍ਰਮ ਦੀ ਨਿਲਾਮੀ ਪ੍ਰਕਿਰਿਆ ਇਸ ਸਾਲ ਮਈ ਤੱਕ ਪੂਰੀ ਹੋ ਜਾਵੇਗੀ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਮਾਜ ਤੱਕ ਸਪੈਕਟ੍ਰਮ ਦੀ ਕੀਮਤ ਤੈਅ ਕਰਨ ਨਾਲ ਜੁੜੇ ਨਿਯਮਾਂ ਤੇ ਆਪਣੀ ਸਿਫਾਰਿਸ਼ ਪੇਸ਼ ਕਰ ਸਕਦੀ ਹੈ ਦੂਰ ਸੰਚਾਰ ਮੰਤਰੀ ਅਸ਼ਵਨੀ ਟਵੈਸ਼ਨਵ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਤ੍ਰਾਈ ਮਾਰਚ ਵਿੱਚ ਤੱਕ 5G ਨਲਾਮੀ ਆਪਣੀ ਅਚਪਾਰਸ਼ਾ ਪੇਸ਼ ਕਰੇਗੀ ਨਾਲ ਹੀ ਦੂਰ ਸੰਚਾਰ ਵਿਭਾਗ ਨਲਾਮੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਕੰਮ ਕਰ ਰਿਹਾ ਹੈ ਕਿਸਾ ਇਹਨਾਂ ਦੇ ਅਰਮਾਨਾਂ ਤੇ ਮੌਸਮ ਦੀ ਮਾਰ ਫਸਲਾਂ ਬਰਬਾਦ ਆ ਦੋ ਮਹੀਨੇ ਤਪ ਰਹੇ ਭਾਰੀ ਮੀਂਹ ਜਿਸ ਤੇ ਕਿਸਾਨ ਅਜੇ ਤੱਕ ਫਸਲ ਦੇ ਹੋਏ ਨੁਕਸਾਨ ਦੇ ਸਰ ਮੇਤ ਉੱਭਰ ਨਹੀਂ ਸਕੇ ਉਤੇ ਹੀ ਉਪਰੋ ਸਬ ਡਿਵੀਜ਼ਨ ਦੇ ਕੁਝ ਪਿੰਡਾਂ ਵਿੱਚ ਪਏ ਗੜੇਮਾਰੀ ਨੇ ਕਿਸਾਨਾਂ ਨੂੰ ਬਰਬਾਦ ਕਰ ਦਿੱਤਾ ਮੇਰੇ ਨਾਲ ਹੋਈ ਗੜੇਮਾਰੀ ਕਰਨ ਕਣਕ ਸਰੋਂ ਆਲੂ ਬਰਸੀਨ ਆਦ ਫਸਲਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਪਰ ਸਬ ਡਿਵੀਜ਼ਨ ਦੇ ਪਿੰਡ ਲਾਹਾ ਦੇ ਮੋਜਾ ਚ ਭਾਰੀ ਗੜੇਮਾਰੀ ਕਰਨ ਕਰੀਬਨ 90 ਏਕੜ ਚ ਖੜੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਤੇ ਸੜਕਾਂ ਤੇ ਅ ਡਿਗੀਆਂ ਦੇ ਪਰ ਸਬ ਡਿਵੀਜ਼ਨ ਦੇ ਪਿੰਡ ਲਾਹਾ ਦੇ ਮੋਜਾ ਚੁਪਾਰੀ ਗੜੇਮਾਰੀ ਕਰਨ 90 ਏਕੜ ਵਿੱਚ ਖੜੀ ਫਸਲ ਦਾ ਨੁਕਸਾਨ ਹੋਇਆ ਗੜੇਮਾਰੀ ਕਰਨ ਛੜਕਾਂ ਚਿੱਟੀ ਜਾਦਰਵਾੰਗ ਲੱਗ ਰਹੀਆਂ ਸਨ ਇਥੋਂ ਤੱਕ ਕਿ ਜਦੋਂ ਠੇਕੇ ਤੇ ਜ਼ਮੀਨ ਲੈਣ ਵਾਲੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਤਾਂ ਛੋਟੇ ਕਿਸਾਨਾਂ ਨੇ ਆਪਣੇ ਘਰਾਂ ਲਈ ਕਾਫੂਸ ਅਤੇ ਪਸ਼ੂਆਂ ਲਈ ਕਾ ਬੀਜਿਆ ਹੋਇਆ ਸੀ ਤਾਂ ਉਹ ਤਬਾਹੀ ਵੱਲ ਮੋਹਤ ਤਨਜ਼ਰ ਆਈ ਗੇਸਾਨਾ ਨੇ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ ਜਦੋਂ ਜਦੋਂ ਪੱਤਰਕਾਰ ਨੇ ਪਿੰਡ ਲਾਹਚਦਾਰਾ ਕੀਤਾ ਤਾਂ ਸਥਿਤੀ ਸਾਹਮਣੇ ਆਈ ਕਿ ਕਾਫੀ ਗੈਰ ਸਥਿਤੀ ਨਾਜੁਕ ਹੈ ਸਿੱਧੂ ਮੂਸੇਵਾਲਾ ਮਰਨ ਵਿਵਾਦ ਚ ਚੋਣਾ ਤੋਂ ਪਹਿਲਾਂ ਚੱਡੇਗਾ ਜਿਹੜਾ ਅਦਾਲਤ ਨੇ ਕੇਸ ਅਦਾਲਤ ਵਿੱਚ ਕੇਸ ਦਰਜ ਦੋਸਤੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਫਿਰ ਮੌੜ ਵਿਵਾਦਾਂ ਵਿੱਚ ਘਿਰ ਗਿਆ ਜੀ ਦਰਸਲੇਸ ਵਰ ਸਿੱਧੂ ਮੂਸੇਵਾਲਾ ਵਕੀਲਾਂ ਨੂੰ ਲੈ ਕੇ ਵਿਵਾਦਾਂ ਵਿੱਚ ਆਇਆ ਐਡਵੋਕੇਟ ਸੁਨੀਲ ਕੁਮਾਰ ਮੱਲਨ ਵੱਲੋਂ ਜ਼ਿਲ੍ਹਾ ਅਦਾਲਤ ਵਿੱਚ ਸਿੱਧੂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਐਡਵੋਕੇਟ ਮੱਲਨ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਸੰਜੂ ਗੀਤ ਵਿੱਚ ਵਕੀਲਾਂ ਲਈ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਹੈ ਇਹ ਸਭ ਸਿੱਧੂ ਮੂਸੇਵਾਲਾ ਦੇ ਜਾਲ ਵੱਜ ਕੇ ਵਕੀਲਾਂ ਦੇ ਅਕਸ ਨੂੰ ਢਾਹ ਲਾਉਣ ਲਈ ਕੀਤਾ ਮੂਸੇ ਵਾਲਾ ਨੇ ਇਸ ਗੀਤ ਨੂੰ ਜਾਣਬੁੱਝ ਕੇ ਗਲਤ ਇਰਾਦੇ ਨਾਲ ਰਿਲੀਜ਼ ਕਰਕੇ ਨਿਆਹ ਪਰਨਾ ਦਾ ਅਕਸ ਖਰਾਬ ਕਰਨ ਦਾ ਕੰਮ ਕੀਤਾ ਹੈ ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਕਾਗਜ਼ੀ ਉਮੀਦਵਾਰ ਤੇ ਵਿਵਾਦਿਤ ਗਾਇਕ ਸੁਖਦੀਪ ਸਿੱਧੂ ਉਰਫ ਸਿੱਧੂ ਮੂਸੇਵਾਲਾ ਆਪਣੇ ਸੁਭਾਅ ਤੇ ਗਾਇਕੀ ਦੇ ਅੰਦਾਜ਼ ਨੂੰ ਲੈ ਕੇ ਕਈ ਵਾਰ ਵਿਵਾਦਾਂ ਵਿੱਚ ਕੇ ਚੁੱਕਿਆ ਪੰਜਾਬ ਦਾ ਸਭਾ ਚੋਣਾਂ ਦੀ VOTING ਤੋਂ ਪਹਿਲਾਂ ਉਸ ਖਿਲਾਫ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ ਤਾ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨਾ ਵਡੀਆਂ ਖਬਰਾਂ ਦੋਸਤੋ ਸਾਰੇ ਦਰੋਰੀ ਤੀ ਗਈ ਜਾਣਕਾਰੀ ਤੁਹਾਨੂੰ ਕਿਦਾਂ ਦੀ ਲੱਗੀ ਹੈ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਹਾਜ਼ਰ ਹੋਵਾਂਗੇ ਅਗਲੇ ਦਿਨੀਆਂ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਹੁੰਦੇ ਲਈ ਏਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ ਜਦ ਹੈ ਹਰ ਪਰੇਸ਼ਾਨੀ ਦਾ ਹੱਲ ਕਿਉਂ ਹੋ ਪਰੇਸ਼ਾਨ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਬਾਬਾ ਫਤੇਹ ਖਾਨ ਸੰਪਰਕ ਕਰੋ 90416 24372 ਲਵ ਮੈਰਿਜ ਪਿਆਰ ਚ ਧੋਖਾ ਪ੍ਰੇਮੀ ਪ੍ਰੇਮਿਕਾ ਚ ਝਗੜਾ ਸੋਤਨ ਦੁਸ਼ਮਣ ਦਾ ਖਾਤਮਾ ਵਿਦੇਸ਼ ਯਾਤਰਾ ਕਰਜ਼ਾ ਮੁਕਤੀ ਔਲਾਦ ਸੁੱਖ ਬਿਮਾਰੀ ਚ ਦਵਾ ਨਾ ਲੱਗਣਾ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲਾਟੋਮੈਕਸ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪਿਆਰ ਪਾਓ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ